ਯਾਰ ਚੱਕਰ ਕੁਛ ਨਹੀਂ ਯਾਰ ਵੀਰੇ, ਇੱਥੇ ਨਾ ਸ਼ੂਟਿੰਗ ਕਰਦੇ ਸੀਗੇ ਅਤੇ 2 ਕੁ ਦਿਨ ਹੋ ਗਏ ਮੈਨੂੰ ਸੁਣੀ ਜਾਂਦੇ ਨੂੰ। ਸੋਨੀਆ ਰੋਜ਼ ਲੱਗ ਜਾਂਦੀ ਕਰਨ, ਮੈਨੂੰ ਗਾਲਾਂ ਕੱਢਦੇ, ਦੀਪ ਦੀ ਫੋਟੋ ਲਾ ਕੇ ਮੈਨੂੰ ਗਾਲਾਂ ਕੱਢਦੇ, ਮੈਨੂੰ ਗਾਲਾਂ ਕੱਢਦੇ। ਮੈਂ ਕਿਹਾ ਮੈਂ ਕਹਿ ਦੂੰਗਾ ਬਾਈ ਕੋਈ ਚੱਕਰ ਨਹੀਂ ਆ, ਵੀ ਬਾਈ ਦੀਪ ਦੀ ਫੋਟੋ ਲਾ ਕੇ ਗਾਲਾਂ ਨਾ ਕੱਢਿਆ ਕਰੋ ਭਾਈ ਕੁੜੀਆਂ ਨੂੰ, ਧੀਆਂ ਭੈਣਾਂ ਨੂੰ ਹੈ ਨਾ, ਚਾਹੇ ਜਿਹੜੀਆਂ ਵੀ ਨੇ, ਚਾਹੇ ਆਪਾਂ ਆਪਣੇ ਓਪੋਜਿਟ ਆ ਚਾਹੇ ਆਪਣੇ ਹੱਕ 'ਚ ਨੇ, ਗਾਲ ਨਹੀਂ ਆਪਾਂ ਕੱਢਣੀ ਕਿਸੇ ਨੂੰ। ਬਸ ਆਹ ਗੱਲ ਸੀ, ਇੰਨੀ ਗੱਲ ਕਰਨੀ ਸੀ। ਬਾਕੀ ਦੀ ਬਾਰੇ ਜਿਹੜਾ ਇਹਨਾਂ ਨੇ ਗਲਤ ਧਾਰਨਾ ਬਣਾਈ ਸੀ, ਆਪਾਂ ਉਹਦਾ ਸਪਸ਼ਟੀਕਰਨ ਦੇਣਾ ਸੀ। ਬਾਈ ਤੁਸੀਂ ਦੀ ਬਾਰੇ ਗਲਤ ਸੋਚਦੇ ਹੋ, ਠੀਕ ਹੈ, ਦੀਪ ਸਾਡਾ ਇੱਦਾਂ ਦਾ ਹੈ ਨਹੀਂ ਹੈ, ਦੀਪ ਸਾਡਾ ਇੱਦਾਂ ਦਾ ਹੈ ਨਹੀਂ। ਉਹ ਜੋ ਸੋਚਦਾ, ਜੋ ਉਹਦੇ ਦਿਲ 'ਚ ਆ, ਉਹੀ ਉਹਦੀ ਜ਼ੁਬਾਨ 'ਤੇ ਹੈ, ਸਿੱਧਾ ਠਾਹ ਕਰਕੇ ਗੱਲ ਮੂੰਹ 'ਚੋਂ ਕੱਢ ਦਿੰਦਾ। ਨਾ ਉਹਨੇ ਕਦੇ ਜਥੇਬੰਦੀਆਂ ਦੀ ਖਿਲਾਫਤ ਕੀਤੀ ਆ, ਨਾ ਕਿਸੇ ਬਾਰੇ ਗਲਤ ਬੋਲਿਆ। ਉਹਨੇ ਹਮੇਸ਼ਾ ਬਿੱਲ ਰੱਦ ਕਰਾਉਣ ਦੀ ਗੱਲ ਕੀਤੀ ਆ, ਪਹਿਲੇ ਦਿਨ ਤੋਂ ਲੈ ਕੇ ਪੰਜਾਬ ਦੀ ਆਪ ਮੁਖਤਿਆਰੀ ਦੀ ਗੱਲ ਕੀਤੀ ਆ ਉਹਨੇ, ਠੀਕ ਹੈ, ਅਤੇ ਕਦੇ ਉਹਨੇ ਕਿਸੇ ਦਾ ਖਿਲਾਫਤ ਨਹੀਂ ਕੀਤੀ, ਕਦੇ ਕਿਸੇ ਬਾਰੇ ਮਾੜਾ ਨਹੀਂ ਬੋਲਿਆ। ਆਹੀ ਗੱਲਾਂ ਮੈਂ ਉੱਥੇ ਕੀਤੀਆਂ, ਆਹੀ ਮੈਂ ਉਹਨਾਂ ਨੂੰ ਦੱਸਿਆ, ਠੀਕ ਹੈ। ਅਤੇ ਮੈਂ ਇਹਨਾਂ ਨੂੰ ਇਹੀ ਗੱਲ ਦੱਸੀ ਸੀਗੀ, ਤੁਸੀਂ ਭਾਈ ਗਲਤ ਸੋਚ ਦਿੰਦੀ ਬਾਰੇ, ਇੰਨੀ ਗੱਲ ਹੀ ਹੋਈ ਸੀ। ਬਾਕੀ ਮੈਨੂੰ ਕਹਿ ਰਹੀ ਸੀ 2 ਦਿਨ ਦੀ, ਕਿਉਂਕਿ ਅਸੀਂ ਇੱਥੇ ਇਕੱਠੇ ਸ਼ੂਟਿੰਗ ਕਰਦੇ ਸੀਗੇ। ਸ਼ੁਰੂਆਤ ਕੀਤੀ ਜਾਵੇ ਤੇ ਉਸਦੇ ਬਾਰੇ ਮੈਂ ਗੱਲ ਕੁਛ ਕਰਨਾ ਚਾਹੂੰਗੀ, ਕਿਉਂਕਿ ਮੈਂ ਇੱਕ ਤੇ ਯਾਦ ਗਰੇਵਾਲ ਜੀ, ਤੁਸੀਂ ਜਾਣਦੇ ਹੋ ਕਿ ਇਹ ਰਵੀ ਪੁੰਜੀ ਡਾਇਰੈਕਟਰ ਸਾਹਿਬ ਨੇ ਸਾਡੇ ਨਾਲ ਬੈਠੇ ਨੇ। ਸੋ ਯਾਦ ਗਰੇਵਾਲ ਨੂੰ ਜੇ ਤੁਸੀਂ ਦੇਖਦੇ ਹੋ ਤੇ ਸਭ ਤੋਂ ਪਹਿਲਾਂ ਸਾਨੂੰ ਇਹ ਗੱਲ ਯਾਦ ਆਉਂਦੀ ਹੈ ਕਿ ਦੀਪ ਸਿੱਧੂ ਦੇ ਬਹੁਤ ਚੰਗੇ ਦੋਸਤ ਨੇ ਔਰ ਇਹਨਾਂ ਨੂੰ ਮੈਂ ਇੱਥੇ ਫਿਲਮ ਦੇ ਸੈੱਟ ਦੇ ਉੱਤੇ ਮਿਲੀ ਹਾਂ। ਸੋ ਮੈਂ ਇਹਨਾਂ ਨੂੰ ਸਭ ਤੋਂ ਪਹਿਲਾਂ ਮੇਰਾ ਇਹ ਕੁਐਸਚਨ ਸੀਗਾ, ਦੀਪ ਸਿੱਧੂ ਦੇ ਨਾਲ ਮੇਰੀ ਕੋਈ ਪਰਸਨਲ ਦੁਸ਼ਮਣੀ ਤਾਂ ਨਹੀਂ, ਕਿਉਂਕਿ ਅਸੀਂ ਸੇਮ ਫੀਲਡ ਦੇ ਹਾਂ ਅਤੇ ਸੇਮ ਫਿਲਮਾਂ ਦੇ ਵਿੱਚ ਕੰਮ ਕਰਦੇ ਹਾਂ। ਬਟ ਹਾਂ, ਇੱਕ ਮੋਰਚੇ ਕਰਕੇ ਜ਼ਰੂਰ ਇੱਕ ਵਿਚਾਰਧਾਰਾ ਦਾ ਮਤਭੇਦ ਜ਼ਰੂਰ ਸਾਡੇ ਵਿੱਚ ਹੋਇਆ ਸੀਗਾ, ਜਿੱਥੇ ਸਾਨੂੰ ਲੱਗਦਾ ਸੀਗਾ ਕਿ ਦੀਪ ਸਿੱਧੂ ਨੇ ਜਥੇਬੰਦੀਆਂ ਦੇ ਖਿਲਾਫ ਜਾ ਕੇ ਇੱਕ ਇਕੱਠ 26 ਤਰੀਕ ਨੂੰ ਵੀ ਲੈ ਕੇ ਗਏ ਸੀਗੇ ਆਪਣੇ ਨਾਲ, ਜੋ ਸਾਨੂੰ ਇਹ ਸਾਰੀਆਂ ਗੱਲਾਂ ਸਾਨੂੰ ਵੇਖਣ ਲਈ ਮਿਲੀਆਂ ਸੀਗੀਆਂ, ਜੋ ਇੱਕ ਸੋਸ਼ਲ ਮੀਡੀਆ 'ਤੇ ਦਿਖਾਇਆ ਵੀ ਸੀਗਾ ਅਤੇ ਜਿਸ ਪ੍ਰਤੀ ਮੈਂ ਵੀ ਬਹੁਤ ਸਾਰੀਆਂ ਗੱਲਾਂ ਕਹੀਆਂ ਸੀਗੀਆਂ। ਸੋ ਮੈਂ ਉਸ ਗੱਲਾਂ ਬਾਰੇ ਮੈਂ ਸਭ ਤੋਂ ਪਹਿਲਾਂ ਕੁਐਸਚਨ ਪੁੱਛਣਾ ਚਾਹੁੰਦੀ ਹਾਂ ਯਾਦ ਗਰੇਵਾਲ ਜੀ ਨੂੰ, ਕਿ ਯਾਦ ਗਰੇਵਾਲ ਜੀ, ਦੀਪ ਸਿੱਧੂ ਜਥੇਬੰਦੀਆਂ ਦਾ ਸਮਰਥਨ ਕਿਉਂ ਨਹੀਂ ਕਰਦੇ? ਪਹਿਲਾਂ ਮੈਨੂੰ ਇੱਕ ਗੱਲ ਦੱਸੋ ਕਿ ਦੀਪ ਸਿੱਧੂ ਨੇ ਕਦ ਕਿਹਾ ਕਿ ਉਹ ਜਥੇਬੰਦੀਆਂ ਦੇ ਨਾਲ ਨਹੀਂ ਹੈਗਾ? ਉਹਨੇ ਤਾਂ ਹਮੇਸ਼ਾ ਇਹ ਨਹੀਂ ਆਖਿਆ ਕਿ ਸਾਡੇ ਆਗੂ, ਸਾਡੇ ਲੀਡਰ, ਸਾਡੇ ਬਜ਼ੁਰਗ, ਅਸੀਂ ਉਹਨਾਂ ਦੇ ਨਾਲ ਹਾਂ, ਅਸੀਂ ਉਹਨਾਂ ਦੇ ਜਾਪਦੇ ਹਾਂ। ਇੱਕ ਵੀ ਮੈਨੂੰ ਦੀਪ ਸਿੱਧੂ ਦਾ ਬਿਆਨ ਦਿਖਾ ਦਿਓ ਜਿੱਥੇ ਦੀਪ ਨੇ ਜਥੇਬੰਦੀਆਂ ਦੇ ਉਹਨਾਂ ਦੇ ਖਿਲਾਫ਼ ਬੋਲਿਆ ਹੋਵੇ। ਉਹ ਤਾਂ ਮੈਂ ਇਹੀ ਕਹਿੰਦਾ ਰਿਹਾ ਕਿ ਅਸੀਂ ਇਹਦੇ ਨਾਲ ਆਏ, ਇਹਨਾਂ ਦਾ ਸਾਥ ਦਿਓ, ਇੱਕ ਆਪਣਾ ਦੀਪ ਦੇ ਇੱਕ ਬਿਆਨ ਕੱਢ ਕੇ ਲਿਆ। ਦੂਜੀ ਗੱਲ, ਕਦੋਂ ਕਿਹਾ ਕਿ ਲਾਲ ਕਿਲੇ 'ਤੇ ਜਾਣਾ? ਇੱਕ ਬਿਆਨ ਲਾਲ ਕਿਲੇ ਦਾ ਕੱਢ ਕੇ ਲਿਆ, ਦੂਜੇ ਲਾਲ ਕਿਲੇ 'ਤੇ ਜਾਣਾ, ਇੱਦਾਂ ਦੀ ਕੋਈ ਗੱਲ ਹੀ ਨਹੀਂ ਹੈ। ਠੀਕ ਹੈ, ਦੀਪ ਦਾ ਮੈਨੂੰ ਇੱਕ ਵੀ ਬਿਆਨ ਦਿਖਾਓ, ਇੱਕ ਵੀ ਬਿਆਨ ਜਿੱਥੇ ਲਿਖਿਆ ਕਿਸਾਨ ਲੀਡਰਸ ਦੇ ਖਿਲਾਫ਼ ਬੋਲਿਆ ਹੋਵੇ, ਤਾਂ ਮੈਂ ਜੋ ਤੁਸੀਂ ਅੱਗੇ ਨੂੰ ਮੰਨਣ ਨੂੰ ਲਿਆ, ਇੱਕ ਵੀ ਬਿਆਨ ਕੱਢ ਕੇ ਲਿਆ। ਯਾਦ ਗਰੇਵਾਲ ਜੀ ਦਾ ਇਹ ਕਹਿਣਾ ਹੈ ਕਿ ਦੀਪ ਸਿੱਧੂ ਜੀ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਖਿਲਾਫ਼ ਚੱਲੋ, ਉਹ ਹਮੇਸ਼ਾ ਹੀ ਉਹਨਾਂ ਦਾ ਸਮਰਥਨ ਕਿਸਾਨ ਜਥੇਬੰਦੀਆਂ ਦੇ ਨਾਲ ਸੀਗਾ ਔਰ ਉਹਨਾਂ ਨੇ ਬਿਲਕੁਲ ਨਹੀਂ ਕਿਹਾ ਕਿ ਲਾਲ ਕਿਲੇ ਜਾਣਾ ਆ। ਇਹਨਾਂ ਨੇ ਕਿਹਾ ਵੀ ਉਹਨਾਂ ਨੇ ਉੱਧਰ ਦੀ 26 ਤਰੀਕ ਨੂੰ ਬਿਲਕੁਲ ਨਹੀਂ ਕਿਹਾ ਲੋਕਾਂ ਨੂੰ ਲਾਲ ਕਿਲੇ ਜਾਣ ਵਾਸਤੇ, ਕੋਈ ਵੀ ਇਹੋ ਜਿਹੀ ਗੱਲ ਨਹੀਂ ਕੀਤੀ। ਬਿਲਕੁਲ ਵੀ ਲਾਲ ਕਿਲੇ ਦੀਪ ਸਿੱਧੂ ਜਾਣ ਦਾ ਮਕਸਦ ਸਿਰਫ ਇਹੀ ਸੀ, ਜਦੋਂ ਉਹਨੂੰ ਪਤਾ ਲੱਗਿਆ ਉਹ ਲਾਲ ਕਿਲਾ ਗਿਆ, ਉਹ ਸਿਰਫ ਲੋਕਾਂ ਨੂੰ ਉੱਥੇ ਪਹੁੰਚਾਉਣ ਵਾਸਤੇ ਗਿਆ ਸੀ ਕਿ ਉੱਥੇ ਕੋਈ ਅਣਹੋਣੀ ਨਾ ਹੋ ਜਾਏ ਅਤੇ ਸਾਰੇ ਜਾਪਦੇ ਜਿਹੜਾ ਉੱਥੇ ਜਾ ਕੇ ਵੀ ਆਪਾਂ ਦੇਖਦੇ ਉਹਦਾ ਭਾਸ਼ਣ ਤੁਸੀਂ ਦੇਖ ਲਓ ਨਾ, ਜਿਹੜਾ ਲਾਲ ਕਿਲੇ ਵਿੱਚ ਜਿੰਨੇ ਵੀਡੀਓਸ ਵਾਇਰਲ ਹੋਏ ਨੇ, ਬਾਈ ਵੀਰ ਸੰਧੂ ਨੇ ਉਹਨੇ ਕਿੰਨੇ ਵੀਡੀਓਸ ਪਾਏ ਨੇ, ਅਤੇ ਉਹਦੇ 'ਚ ਆਪਾਂ ਦੇਖਿਆ ਕਿ ਦੀਪ ਸਿੱਧੂ ਇਹੀ ਕਹਿ ਰਹੇ ਕਿ ਜਾਪਦੇ ਜਦੋਂ ਉਹ ਆਗੂਆਂ ਦੇ ਉਹਦੇ ਜਾਪਦੇ ਜਦੋਂ ਜੋ ਆਗੂ ਕਹਿੰਦੇ ਨੇ ਉਵੇਂ ਕਰੋ, ਅਤੇ ਉਹਦਾ ਤੁਸੀਂ ਭਾਸ਼ਣ ਚੱਕ ਕੇ ਦੇਖ ਲਓ ਜੋ ਵੀ ਤੁਸੀਂ ਬੋਲ ਰਹੇ ਲਾਲ ਕਿਲੇ ਜਾ ਕੇ, ਉਹਨੇ ਇਹੀ ਕਿਹਾ ਕਿ ਸਾਡੇ ਆਗੂ ਨੇ, ਅਸੀਂ ਇਹਨਾਂ ਦੇ ਜਾਪਦੇ ਜਾਂ ਅਸੀਂ ਇਹਨਾਂ ਦੇ ਨਾਲ ਹੈ, ਅਸੀਂ ਸਾਰਿਆਂ ਨੂੰ ਇਹੀ ਕਹਿ ਰਿਹਾ ਕਿ ਭਾਈ ਜਾਪਦੇ ਕਰੋ, ਜਿੰਨਾ ਵੀ ਉੱਥੇ ਸੀਗਾ ਕਰਾਊਡ ਸੀਗਾ, ਜਿੰਨੀ ਵੀ ਭੀੜ ਸੀਗੀ, ਜਿੰਨੀ ਵੀ ਸੰਗਤ ਸੀ, ਸਾਰਿਆਂ ਨੂੰ ਇਕੱਠੇ ਕਰਕੇ ਲੈ ਕੇ ਆਏ ਵੀ ਕੋਈ ਵੀ ਅਣਹੋਣੀ ਨਾ ਹੋ ਜਾਏ, ਉਹਦਾ ਮਕਸਦ ਸਿਰਫ ਇਹੀ ਸੀਗਾ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ। ਵੀ ਮੈਨੂੰ ਗਾਲਾਂ ਕੱਢਦੇ, ਮੈਨੂੰ ਗਾਲਾਂ ਕੱਢਦੇ ਨੇ, ਮੈਂ ਕਿਹਾ ਭਾਈ ਤੈਨੂੰ ਗਾਲਾਂ ਕੱਢਦੇ ਅਤੇ ਭਾਈ ਮੈਂ ਕਹਿ ਦਿੰਦਾ ਹੈ ਨਾ ਵੀ ਆਪਦੇ ਬੰਦੇ ਨੇ, ਭਾਈ ਤੁਸੀਂ ਨਾ ਧੀ ਭੈਣ ਨੂੰ ਗਾਲ ਕੱਢੋ ਕੋਈ ਚੱਕਰ ਨਹੀਂ, ਨਹੀਂ ਭਾਈ ਕੱਢਦੇ ਗਾਲਾਂ ਵੀ ਜਿਹੜੇ ਦੀਪ ਦੀ ਫੋਟੋਆਂ ਲਾ ਕੇ ਗਾਲ ਕੱਢਦੇ, ਮੈਂ ਸਾਡੇ ਸਾਰੇ ਵੀਰ ਹੀ ਨੇ, ਸਾਡੇ ਭਰਾ ਹੀ ਨੇ, ਮੈਂ ਕਿਹਾ ਮੈਂ ਕਹਿ ਦੂੰਗਾ ਭਾਈ ਮੇਰੇ ਆਖੇ ਲੱਗ ਜਾਣਗੇ ਤੈਨੂੰ ਗਾਲਾਂ ਨਾ ਕੱਢਣਗੇ, ਅਤੇ ਆਹ ਗੱਲ ਆ, ਹੋਰ ਕੋਈ ਗੱਲ ਨਹੀਂ ਬਾਤ ਨਹੀਂ। ਹੁਣ ਦੀਪ ਭਰਾ ਸਾਡਾ ਦੀਪ ਦੇ ਨਾਲ ਹੀ, ਅਸੀਂ ਤਾਂ ਯਾਰ ਹੋਰ, ਅਸੀਂ ਦੱਸੋ ਹੁਣ ਵੀ ਹੁਣ ਅਸੀਂ ਦੀਪ ਨੂੰ ਛੱਡ ਕੇ ਅਸੀਂ ਹੁਣ ਕਿਤੇ ਹੋਰ ਚੱਲ ਜੂੰਗਾ ਯਾਰ, ਮੈਂ ਕਮਾਲ ਕਰੀ ਜਾਂਦੇ ਹਾਂ ਦੀਪ ਲਈ। ਬਾਈ ਗੱਲ ਇਹ ਆ ਕਿ ਦੀਪ ਪਿੱਛੇ
जान लै भी सकते हैं जान दे भी सकते हैं। सीधी जी गल भरा साडा कट्ठे असी खांदे पींदे रहे हैं इन्ने साल हो गए, ठीक है। ये नहीं है कि कोई बंदा आया तो आके भरमा के अपन दीप के अपोजिट कर दूगा, इदा की कोई गल नहीं है। भरा चाहे गलत है चाहे ठीक है यार, असी तो नाल खड़े हैं, सानू नहीं पता दीप गलत है दीप ठीक है, साडा तो भरा अभी तो नाल खड़े हैं तो नाल रहांगे जब तक गर्दन नहीं लह जाती, उन्ना चिर नाल हैगे नाल ठोक के खड़ांगे ठोक के खड़े हैं, ठीक है जी। इन्नी कु गल सी, बाकी मैनू कोई दीप बारे पुछूगा तो मैं वह जवाब जरूर दूंगा, ठीक है। अगले ने मैंने पूछा मैं जवाब देता और समझाया बई समझाया बीबी ने भी समझाया कि बीबी इदा की गल नहीं हैगी, तेनू तू गलत सोचती है, दीप यहोजा बंदा नहीं है कोई ओ, तुसी मैं वो तो दूषण लाता भी आर एस एस का बंदा फलाना धमकाना, मैं कोई आर एस एस का बंदा नहीं, कुछ नहीं है, फालतू दी गल्ला ने फोटो ला के तुसी भी उहदे नाल मोदी नाल फोटो दिखाती जां उहदे नाल दिखाती कोई फोटो खिचाउण नाल कोई उन्हां दा बंदा तो नहीं हो जाता ऐं तां फिर जे आपां देखिए जिहड़े अपने आगू ने उहनां दीआं फोटोआं हैगीआं ही आ लीडर के नाते, फिर यहाँ मतलब ये भी उन्होंने वो हो गए, फिर असं भी यह सोच लें भाई तुम फिर उन्होंने दलाल हो ना, पर इदा की गल नहीं हैगी, यह गल नहीं होंगी। मगर दीप पता कितों आया, दीप कि थान तो मुड़ गया, बंदा सोच भी नहीं सकता जितों 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 तक दीप पहुंचा सी, तो वह सारा कुछ छड़ के दीप किहदे वास्ते आया, इतने अपने वास्ते आया, पंजाब के लोगों वास्ते आया, सारा कुछ त्याग तो उन्हें। मैं तो दीप को गाला कड़ता भी की लोड़ सी यार, नज़ारे लेंदे वधिया स्वाद लेंदे जी बॉम्बे, उही मैं पंगा लै के दस की उन्हें जेल च बैठा वधिया फिल्मां बनाउंदे नज़ारे लेंदे सी, तो मैं तो उन्होंने भी गाला कड़ता दीप को भी की लोड़ सी किड्डे नज़ारे लईदे सी, पर जज्बाती है होना ना वो फिर नहीं अपने बंदे अपने लोग अपने भरी वीर अपने भरा, फिर मैं चलो ठीक है हम जिधर नूं जाऊगा सानूं तां आउणा ही पऊगा, बेस तो फिर नाल ही आ जिधर नूं जाऊगा, ठीक है ना जी। तो इन्नी गल सी बई आ गल है, इतने कट्ठे शूटिंग करते सी ते थोड़ी जी बेवकूफी मेरी भी वैसे मैं लाइव आना नहीं चाहिए सी, है ना मैं ऊँ गल कर लैंदा है ना वो भाई यार लोग तेज वाले आ बई यार मैथों तेन पता थोनू पता फिर मैथों जवाब जहाँ दिता नहीं जाता है ना लोग तेज बहुत ने साले ते फिर वो हूँ मैं की आखा यार हूँ तो फिर मेरे छित्र मारने मार लो भाई मैथ हूँ तो हो गया जो होना सी सीधी जी गल है ठीक है कि नहीं तो पर यह जी कोई गल नहीं है तुम हम मैं गाला क्डनी गाला क्ड लो छित्र मारने छित्र मार लो पर यह जी कोई गल है नहीं आप तो नाल हैं थोड़े भरावों के नाल से भरावों के नाल ही दीप के नाल से दीप के नाल वो वास्ते लड़ा वो वास्ते खड़ा बाकी जो कोई सानू क्वेश्चन करूगा तो जवाब देवे हो सकता मैं लाइव नहीं होना चाहिए सर है ना जे थोड़ा इन्ना ही मतलब थोड़ा तकलीफ हुई दुख होया मेरे भरावों मैं लाइव नहीं होना चाहिए पर मेरे ना दिमाग है नहीं गा बई मैं इन्ना नहीं सोच सकता पाया भी थोड़ा इन्नी इन्ना मेरे वीर दुख लग जूगा जो मैं इन्ना पता होता मैं नहीं आना सगा लाइव पर हूँ मेरे मूहरे कोई आ गया मैं तो चल मैं तो मगरों पता लगता भी ए हो गया ए नहीं करना चाहिए सगा मैं तो बड़ा मगरों पता लगता बी बड़ा मोटा खुप्पड़ है मेरा तो हूँ मैं की आखा थोनू और यार मेरे तो हो जाता बी हो गया बस ठीक है हम जो हो गया बी हो गया मेरे तो हो गया जो होना सी पर इस कोई यहोजी गल नहीं हैगी कि आप कोई वो है हम अगले ने मैं कहता तो मैं बोलता है ना तो हाँ यह गल जरूर सी उन्हें वो दो दिन हो गए मैं कह रही थी सोनिया बार बार भी मैं दीप दी फोटो ला के लोग गाला कड़ते हैं तो ऐ मैं थोड़ा जहा लग्या मैं चल कोई नहीं यार जिमें भी आना है तो तीत्या नहीं तो मैं चल भाई बीबी मैं कह दूंगा सारे भी भाई तेन गाला ना कटन गए तो मैं